ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਚੰਡੀਗੜ੍ਹ ਨੂੰ ਯੂਟੀ ਕਾਰਡ ਐਲਾਨੇ ਜਾਣ ਤੇ ਹਰਸਿਮਰਤ ਕੌਰ ਬਾਦਲ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਲਿਖਿਤ ਚਿੱਠੀ ਉੱਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਹਰਸਿਮਰਤ ਕੌਰ ਤੇ ਪੂਰਾ ਬਾਦਲ ਪਰਿਵਾਰ ਨੌਟੰਕੀ ਕਰ ਰਿਹਾ। ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਨੂੰ ਇਸ ਮਾਮਲੇ ਤੇ ਅਸਤੀਫਾ ਦੇਣਾ ਚਾਹੀਦਾ ਸੀ, ਨਾ ਕਿ ਚਿੱਠੀਆਂ ਲਿਖ ਕੇ ਡਰਾਮਾ ਕਰਨਾ ਸੀ। ਅਸਲ ਦੇ ਵਿੱਚ ਕਾਂਗਰਸ ਤੇ ਅਕਾਲੀ ਰੈਲੀ ਕਰ ਰਹੇ ਆ 7 ਤਰੀਕ ਨੂੰ, ਲੰਬੀ ਵਾਲੇ ਲੋਕ ਪਟਿਆਲੇ ਜਾ ਰਹੇ ਤੇ ਪਟਿਆਲੇ ਵਾਲੇ ਮਹਾਰਾਜੇ ਜਿਹੜੇ ਉਹ ਜਾ ਰਹੇ ਆ ਲੰਬੀ ਦੇ ਵਿੱਚ, ਜਿਹੜੇ ਪੰਜਾਬ ਦੇ ਵਿੱਚ ਕਬੱਡੀ ਖੇਡ ਹੈਗਾ ਨਾ, ਕਬੱਡੀ 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 ਕਬੱਡੀ, ਬਾਦਲ ਤੇ ਕੈਪਟਨ ਕਬੱਡੀ ਕਬੱਡੀ, ਕਾਂਗਰਸ ਤੇ ਅਕਾਲੀ ਜਿਹੜੇ ਕਬੱਡੀ ਕਬੱਡੀ ਗੇਮ ਖੇਡ ਕੇ, ਜਿਹੜਾ ਬਰਗਾੜੀ ਦੇ ਵਿੱਚ ਰੋਸ ਮਾਰਚ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਸਜ਼ਾਵਾਂ ਦਵਾਉਣ ਲਈ ਹੋਣ ਜਾ ਰਿਹਾ 7 ਤਰੀਕ ਨੂੰ, ਉਹਦੇ ਪ੍ਰਭਾਵ ਨੂੰ ਫਿੱਕਾ ਕਰਨ ਵਾਸਤੇ, ਹੋਰ ਕੋਈ ਇਹਨਾਂ ਦਾ ਕੰਮ ਨਹੀਂ ਗਾ। ਪਰ ਕਾਰਨ ਕੀ? ਉਹ ਤੇ ਬਰਗਾੜੀ ਦੇ ਮੋਰਚੇ ਬੜੀਆਂ ਗੱਲਾਂ ਕਰਦੇ ਸੀ, ਜਸਟਿਸ ਰਣਜੀਤ ਸਿੰਘ ਕਮਿਸ਼ਨ ਬਿਠਾਇਆ ਗਿਆ, ਉਹਨਾਂ ਨੇ ਕਿਹਾ ਕਿ ਜਿਹੜੇ ਦੋਸ਼ੀ ਨਾਮਜ਼ਦ ਹੋ ਗਏ ਨੇ, ਪਰ ਹੁਣ ਅੱਜ ਇਸ ਤਰੀਕ ਨੂੰ ਹੀ ਕਿਉਂ ਕੀਤਾ? ਕੈਪਟਨ ਅਮਰਿੰਦਰ ਸਿੰਘ, ਨੋ ਡਾਊਟ ਉਹਨਾਂ ਨੇ ਕਮਿਸ਼ਨ ਬਣਾਤਾ ਠੰਡੇ ਬਸਤੇ ਪਾਉਣ ਵਾਸਤੇ। ਕਮਿਸ਼ਨ ਤੋਂ ਬਾਅਦ ਜਦੋਂ ਕਮਿਸ਼ਨ ਦੀ ਰਿਪੋਰਟ ਆ ਗਈ, ਕਹਿੰਦੇ ਜਨਤਕ ਨਹੀਂ ਕਰਨੀ ਹੈ, ਵਿਧਾਨ ਸਭਾ 'ਚ ਰੱਖਾਂਗੇ। ਵਿਧਾਨ ਸਭਾ ਦੇ ਵਿੱਚ ਪੂਰੀ ਨੌਟੰਕੀ ਕੀਤੀ, ਡਰਾਮਾ ਕੀਤਾ 8 ਘੰਟੇ 37 ਮਿੰਟ। ਅੰਤ ਦੇ ਵਿੱਚ ਲੀਡਰ ਆਫ ਦਾ ਹਾਊਸ ਮੁੱਖ ਮੰਤਰੀ ਸਾਹਿਬ, ਤੁਸੀਂ ਵੀ ਦੇਖਿਆ, ਪੂਰੀ ਦੁਨੀਆਂ 'ਚ ਵਸਦੇ ਪੰਜਾਬੀਆਂ ਨੇ ਦੇਖਿਆ, ਦੰਦੀਆਂ ਕੱਢ ਕੇ ਜਵਾਬ ਦੇ ਰਹੇ ਆ, ਕਹਿ ਰਹੇ ਆ ਵੀ ਬਿਕਰਮ ਮਜੀਠੀਆ ਦੇ ਨਾਨਕੇ ਵੀ ਬੜੇ ਚੰਗੇ ਸੀ ਤੇ ਦਾਦਕੇ ਵੀ ਬੜੇ ਚੰਗੇ ਆ। ਆਇਆ ਕੀ? 8 ਘੰਟੇ 37 ਮਿੰਟ ਦੀ ਡਿਬੇਟ ਬਿਕਰਮ ਮਜੀਠੀਆ ਦੇ ਨਾਨਕੇ ਤੇ ਦਾਦਕਿਆਂ ਨੂੰ ਚੰਗੇ ਕਹਿਣ ਲਈ ਹੋਈ ਸੀ, ਔਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆ ਗਈ, ਉਸ ਰਿਪੋਰਟ ਤੋਂ ਬਾਅਦ CBI ਨੂੰ ਕੇਸ ਭੇਜਤਾ। ਫਿਰ ਉੱਥੇ ਨੌਟੰਕੀ ਜਿਹੜੀ ਵਿਧਾਨ ਸਭਾ ਦੇ ਅੰਦਰ ਹੁੰਦੀ ਆ, ਨੌਟੰਕੀ ਦਾ ਐਂਡ ਕੀ ਕਰਦੇ ਆ? ਕਹਿੰਦੇ ਜੀ ਕੱਢੋ ਕੱਢੋ ਮਤਾ ਕੀ ਦੇ ਕੋਲ, ਮਤਾ ਪੜਦੇ ਆ, ਕਹਿੰਦੇ ਜੀ ਉਹ CBI ਤੋਂ ਕੇਸ ਵਾਪਸ, SIT ਬਣਾਤੀ ਜਿਹਦਾ ਕੋਈ ਟਾਈਮ ਬਾਉਂਡ ਨਹੀਂ ਗਾ। ਸੋ ਬ੍ਰਦਰ, ਇਹ ਸਾਰੀਆਂ ਚਾਲਾਂ ਹੈਗੀਆਂ ਮਸਲੇ ਨੂੰ ਉਲਝਾਉਣ ਵਾਸਤੇ, ਮਸਲੇ ਨੂੰ ਦਬਾਉਣ ਵਾਸਤੇ, ਬਾਦਲਾਂ ਦੇ ਪੈਰਾਂ ਨੂੰ ਸੇਕ ਨਾ ਲੱਗ ਜੇ, ਕੈਪਟਨ ਅਮਰਿੰਦਰ ਸਿੰਘ ਦੀ ਪਾਲਿਸੀ ਹੈ। ਆਮ ਆਦਮੀ ਪਾਰਟੀ ਨੂੰ ਜੇ ਤੁਸੀਂ ਇਹ ਸਵਾਲ ਕਰੋ ਤੇ ਬਾਹਲੀ ਚੰਗੀ ਗੱਲ ਹੋ ਗਈ, ਕਿਉਂਕਿ ਮੈਂ ਸੋਚਿਆ ਨਹੀਂ ਸੀ, ਸੁਪਨੇ 'ਚ ਨਹੀਂ ਸੀ ਸੋਚਿਆ ਵੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਲੀਡਰ ਸਾਹਿਬਾਨ ਇਸ ਕਦਰ ਦਿੱਲੀ ਵਾਲਿਆਂ ਦੇ ਥੱਲੇ ਲੱਗ ਜਾਣਗੇ, ਇਸ ਕਦਰ ਉਹ, ਕਿਉਂਕਿ ਜਿਹੜਾ ਬਰਗਾੜੀ ਦੇ ਵਿੱਚ ਰੋਸ ਮਾਰਚ ਆ 7 ਤਰੀਕ ਨੂੰ, ਇਹ ਬੈਂਸ ਤੇ ਖਹਿਰੇ ਦਾ ਨਹੀਂ ਹੈਗਾ, ਇਹ ਕਿਸੇ ਪਾਰਟੀ ਦਾ ਨਹੀਂ ਗਾ, ਇਹ ਕਿਸੇ ਧਾਰਮਿਕ ਸੰਪਰਦਾ ਦਾ ਨਹੀਂ ਗਾ, ਇਹ ਸਿੱਖਾਂ ਦਾ ਨਹੀਂ, ਇਹ ਪੰਜਾਬੀਆਂ ਦਾ ਰੋਸ ਮਾਰਚ ਹੈ। ਉਹਨਾਂ ਨੂੰ ਚਾਹੀਦਾ ਸੀ, ਸਾਰੇ ਆਪਣੇ ਵਲੰਟੀਅਰ ਵਰਕਰਾਂ ਨੂੰ ਕਹਿੰਦੇ ਵੀ ਪਹੁੰਚੋ ਉਸ ਰੋਸ ਮਾਰਚ ਦੇ ਵਿੱਚ, ਤੇ ਉਹਨਾਂ ਨੇ ਆਪਣੇ ਵਲੰਟੀਅਰਸ ਨੂੰ ਉੱਥੇ ਜਾਣ ਤੋਂ ਰੋਕਣ ਵਾਸਤੇ ਦਿੱਲੀ ਵਾਲਿਆਂ ਦੇ ਇਸ਼ਾਰੇ ਦੇ ਉੱਤੇ ਇਹ ਕੰਮ ਉਹਨਾਂ ਨੇ ਲਿਖਿਆ। ਸੋ ਇਹ ਤਾਂ ਜਗਜਾਰ ਹੋ ਗਈ, ਨਹੀਂ ਤਾਂ ਉਹਨਾਂ ਨੂੰ ਇੰਨੀ ਗੱਲ ਤਾਂ ਚਾਹੀਦੀ ਸੀਗੀ ਵੀ ਉੱਥੇ ਜਦੋਂ ਸਾਰੇ ਪੰਜਾਬੀ ਜਗਤ ਦੇ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਪੰਜਾਬੀ ਲੋਕ ਆ ਕੇ ਉਹ 'ਚ ਪਾਰਟੀਸਪੇਟ ਕਰਨ ਵਾਸਤੇ ਸੰਗਤ ਰੂਪ ਹੋ ਕੇ ਜਾ ਰਹੇ ਆ, ਉਹਨਾਂ ਨੂੰ ਵੀ ਇਸ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ। 100% ਮੈਂ ਕਹਾਂਗਾ ਤੁਹਾਡੇ ਇਸ ਚੈਨਲ ਦੇ ਜ਼ਰੀਏ ਦੋਨੋਂ ਪਾਰਟੀਆਂ ਦੇ ਵੱਡੇ ਲੀਡਰਾਂ ਤੋਂ ਪੁੱਛਣਾ ਚਾਹੂੰਗਾ ਵੀ ਤੁਸੀਂ ਆਪੋ ਆਪਣੀਆਂ ਰੈਲੀਆਂ ਦਾ ਮੈਨੂੰ ਮਤਲਬ ਦੱਸ ਦਿਓ, ਮਤਲਬ ਕੀ ਹੈ, ਮੈਨੂੰ ਉਹਦਾ ਵਿਆਖਿਆ ਕਰਕੇ ਅਰਥ ਦੱਸ ਦਿਓ, ਅਰਥ ਕੀ ਹੈ, ਕਾਹਦੇ ਵਾਸਤੇ ਤੁਸੀਂ ਉਹ ਰੈਲੀਆਂ ਕਰ ਰਹੇ ਹੋ? ਸਿਰਫ ਤੇ ਸਿਰਫ ਜਿਹੜਾ ਬਰਗਾੜੀ ਦਾ ਰੋਸ ਮਾਰਚ, ਉਹਦਾ ਪ੍ਰਭਾਵ ਫਿੱਕਾ ਕਰਨ ਵਾਸਤੇ, ਮਰਦਮ ਕਰਨ ਵਾਸਤੇ। ਕੱਲਾ ਸਰਕਾਰ ਠੀਕ ਕੰਮ ਨਹੀਂ, ਤੁਸੀਂ ਗੋਲ ਕਰ ਜਾਂਦੇ ਹੋ ਗੱਲ ਨੂੰ, ਪੂਰੀ ਗੱਲ ਦੱਸੋ ਜੋ ਤੁਹਾਡੀ ਹੁਕਮ। ਮੈਂ ਵੀ ਆਡੀਓ ਸੁਣੀ ਆ, ਬੀਬੀ ਨਵਜੋਤ ਕੌਰ ਸਿੱਧੂ ਨੇ ਕਿਹਾ ਵੀ ਸਰਕਾਰ ਬੇਈਮਾਨ ਆ, ਸਿੱਧੂ ਦੀ ਸੁਣਦਾ ਕੋਈ ਨਹੀਂ, ਸਿੱਧੂ ਸਾਹਿਬ ਪੰਜਾਬ ਨੂੰ ਅਮੀਰ ਕਰਨ ਦੀਆਂ ਗੱਲਾਂ ਦੱਸਦੇ ਪਰ ਉਹਨਾਂ ਦੀ ਉੱਥੇ ਸੁਣਦਾ ਕੋਈ ਨਹੀਂ, ਕਿਉਂਕਿ ਸਰਕਾਰ ਮੁੱਖ ਮੰਤਰੀ ਬੇਈਮਾਨ, ਮਤਲਬ ਕਿ ਜਿਹੜਾ ਕੰਮ 10 ਸਾਲ ਬਾਦਲ ਕਰਦੇ ਰਹੇ ਆ, ਸੇਮ ਕੰਮ ਕੈਪਟਨ ਅਮਰਿੰਦਰ ਤੇ ਉਹਦੀ ਜੁੰਡਲੀ ਕਰ ਰਹੀ ਹੈ। ਅੱਜ ਬੀਬੀ ਨਵਜੋਤ ਕੌਰ ਸਿੱਧੂ ਸੀਨੀਅਰ ਕੈਬਨਿਟ ਵਜ਼ੀਰ ਦੀ ਪਤਨੀ ਕਹਿ ਕੇ ਗਈ ਆ, ਕਿਸੇ ਅਪੋਜੀਸ਼ਨ ਨੇ ਨਹੀਂ ਕਹੀ ਇਹ ਗੱਲ। ਸੋ ਬ੍ਰਦਰ, ਡੇ ਵਿਲ ਕਮ, ਦਿਨ ਜ਼ਰੂਰ ਆਊਗਾ, ਦੇਰ ਹੋ ਸਕਦੀ ਆ, ਅੰਧੇਰ ਨਹੀਂ। ਪੰਜਾਬ ਦੇ ਲੋਕਾਂ ਨੇ 18 ਮਹੀਨੇ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਦੇਖ ਲਈ, ਵੋਟਾਂ ਪੰਜਾਬੀਆਂ ਨੇ ਇਸ ਕਰਕੇ ਪਾਈਆਂ ਸੀ ਵੀ ਇਹ 2002 ਤੋਂ 2007 ਵਾਲਾ ਕੈਪਟਨ, ਪਰ ਉਹ ਕੈਪਟਨ ਤਬਦੀਲ ਹੋ ਕੇ ਬਾਦਲਾਂ ਦੀ ਪਿਉਂਦ ਚੜ ਚੁੱਕੀ ਆ ਉਸ ਕੈਪਟਨ ਦੇ ਉੱਤੇ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਨੂੰ ਯੂਟੀ ਕਾਡਰ ਐਲਾਨੇ ਜਾਣ ਦੀ ਨੋਟੀਫਿਕੇਸ਼ਨ ਤੋਂ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ ਪੰਜਾਬ ਤੋਂ ਉਹਨਾਂ ਦਾ ਹੱਕ ਨਾ ਖੋਇਆ ਜਾਏ। ਬਿਊਰੋ ਰਿਪੋਰਟ, ਸਾਂਝ ਟੀਵੀ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।